ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਇੱਕ ਪਰਿਵਾਰ ਹੀ ਉਜੜ ਗਿਆ। ਦੋ ਮਾਸੂਮ ਬੱਚੇ ਤੇ ਉਹਨਾਂ ਦੇ ਪਿਤਾ ਦੀ ਦਰਦਨਾਕ ਮੌਤ ਹੋਈ ਹੈ। ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਐਕਟਿਵਾ ਤੇ ਪਰਿਵਾਰ ਸਵਾਰ ਸੀ ਤਾਂ ਸਾਹਮਣੇ ਤੋਂ ਆ ਰਹੀ ਪਿਕਅਪ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਵਿੱਚ ਦੋ ਮਾਸੂਮ ਬੱਚਿਆਂ ਅਤੇ ਉਹਨਾਂ ਦੇ ਪਿਤਾ ਦੀ ਦਰਦਨਾਕ ਮੌਤ ਹੋ ਗਈ। ਕਪੂਰਥਲਾ ਦੇ ਫੱਤੂ ਟਿੰਗਾ ਰੋਡ ਤੇ ਇਹ ਹਾਦਸਾ ਹੋਇਆ। ਜ਼ੇਰੇ ਇਲਾਜ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਸ਼ਾਮ ਨੂੰ ਕਪੂਰਥਲਾ ਤੋਂ ਆਪਣੇ ਪਿੰਡ ਫੱਤੂ ਟਿੰਗਾ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਪਤੀ ਰਣਜੀਤ ਸਿੰਘ ਤੇ ਦੋ ਬੱਚਿਆਂ ਦੇ ਨਾਲ ਜਾ ਰਹੇ ਸੀ। ਜਦੋਂ ਉਹ ਪਿੰਡ ਉੱਚਾ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆਉਂਦੀ ਇੱਕ ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੋਈ, ਜਿਸ ਦੇ ਵਿੱਚ ਸਾਰੇ ਗੰਭੀਰ ਜ਼ਖਮੀ ਹੋ ਗਏ ਔਰ ਉਹਨਾਂ ਦੇ ਪਤੀ ਤੇ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਇਸ ਮੌਕੇ ਸੜਕ ਸੁਰੱਖਿਆ ਫੋਰਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋ ਮਾਸੂਮ ਬੱਚੇ ਤੇ ਉਹਨਾਂ ਦੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਫੱਤੂ ਢਿੰਗਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਤਾਂ ਇੱਕ ਭਿਆਨਕ ਸੜਕੀ ਹਾਦਸਾ, ਐਕਟਿਵਾ ਤੇ ਸਵਾਰ ਪਤੀ ਪਤਨੀ ਤੇ ਉਹਨਾਂ ਦੇ ਦੋ ਮਾਸੂਮ ਬੱਚੇ, ਇਹਨਾਂ ਦਾ ਭਿਆਨਕ ਸੜਕੀ ਹਾਦਸਾ ਹੋਇਆ। ਪਤਨੀ ਦੀ ਜਾਨ ਬਚ ਗਈ, ਜਦਕਿ ਉਸਦਾ ਪਤੀ ਤੇ ਦੋ ਮਾਸੂਮ ਬੱਚੇ, ਇੱਕ ਲੜਕਾ ਤੇ ਇੱਕ ਲੜਕੀ, ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਿਕਅਪ ਨੇ ਸਾਹਮਣੇ ਤੋਂ ਲਿਆ ਕੇ ਜ਼ੋਰਦਾਰ ਟੱਕਰ ਮਾਰੀ। ਫਿਲਹਾਲ ਪੀੜਤ ਪਤਨੀ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੂਜੇ ਬੰਨੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਤਫਤੀਸ਼ ਕੀਤੀ ਜਾ ਰਹੀ ਹੈ। ਸਰ ਐਕਸੀਡੈਂਟ ਹੋਇਆ ਸੀ ਕਪੂਰਥਲੇ ਤੋਂ ਜਾ ਰਹੇ ਸੀ ਸਕੂਟੀ ਤੇ ਫੱਤੂ ਟਿੰਗੇ ਨੂੰ। ਅੱਛਾ ਜੀ। ਤੇ ਨਾਲ ਦੋ ਬੱਚੇ ਤੇ ਇੱਕ ਆਪ ਸੀ ਤੇ ਇੱਕ ਇਹਨਾਂ ਦੇ ਹਸਬੈਂਡ ਸੀਗੇ ਨਾਲ। ਅੱਛਾ ਜੀ। ਤੇ ਉਹ ਜਾਂਦੇ ਹੋਏ ਸਾਹਮਣੇ ਪਿੱਕਾ ਆ ਰਿਹਾ ਸੀ ਜੀ ਕੋਈ। ਅੱਛਾ ਜੀ। 5858 ਨੰਬਰ ਦੱਸ ਰਿਹਾ ਜੀ ਉਹਦਾ। ਤੇ ਉਹ ਆਪਸ 'ਚ ਇਹਨਾਂ ਦੀ ਟੱਕਰ ਹੋਈ ਜੀ। ਤੇ ਦੋ ਤਾਂ ਅਸੀਂ ਦੋਵਾਂ ਨੂੰ ਤਾਂ ਬੱਚਿਆਂ ਨੂੰ ਤਾਂ ਅਸੀਂ ਲੈ ਕੇ ਆ ਗਏ ਤੇ ਪਿੱਛੇ ਐਂਬੂਲੈਂਸ ਉਹਨਾਂ ਦੇ ਹਸਬੈਂਡ ਨੂੰ ਲੈ ਕੇ ਆ ਰਹੀ ਹੈ ਜੀ। ਅੱਛਾ ਜੀ। ਉਹ ਹਸਬੈਂਡ ਕਿੱਦਾਂ, ਠੀਕ ਹੈ ਕਿ ਕਿੱਦਾਂ? ਸਰ ਉਹ ਪਤਾ ਨਹੀਂ ਜੀ, ਹੁਣ ਅਸੀਂ ਦੋ ਆਏ ਸੀ, ਦੋਵਾਂ ਨੂੰ ਲਿਆ ਜੀ। ਦੋ ਸੀਰੀਅਸ ਹੈ ਜੀ ਉਹ ਵੀ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਇੱਕ ਪਰਿਵਾਰ ਹੀ ਉਜੜ ਗਿਆ। ਦੋ ਮਾਸੂਮ ਬੱਚੇ ਤੇ ਉਹਨਾਂ ਦੇ ਪਿਤਾ ਦੀ ਦਰਦਨਾਕ ਮੌਤ ਹੋਈ ਹੈ। ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਐਕਟਿਵਾ ਤੇ ਪਰਿਵਾਰ ਸਵਾਰ ਸੀ ਤਾਂ ਸਾਹਮਣੇ ਤੋਂ ਆ ਰਹੀ ਪਿਕਅਪ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਦੇ ਵਿੱਚ ਦੋ ਮਾਸੂਮ ਬੱਚਿਆਂ ਅਤੇ ਉਹਨਾਂ ਦੇ ਪਿਤਾ ਦੀ ਦਰਦਨਾਕ ਮੌਤ ਹੋ ਗਈ। ਕਪੂਰਥਲਾ ਦੇ ਫੱਤੂ ਟਿੰਗਾ ਰੋਡ ਤੇ ਇਹ ਹਾਦਸਾ ਹੋਇਆ। ਜ਼ੇਰੇ ਇਲਾਜ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਸ਼ਾਮ ਨੂੰ ਕਪੂਰਥਲਾ ਤੋਂ ਆਪਣੇ ਪਿੰਡ ਫੱਤੂ ਟਿੰਗਾ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਪਤੀ ਰਣਜੀਤ ਸਿੰਘ ਤੇ ਦੋ ਬੱਚਿਆਂ ਦੇ ਨਾਲ ਜਾ ਰਹੇ ਸੀ। ਜਦੋਂ ਉਹ ਪਿੰਡ ਉੱਚਾ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆਉਂਦੀ ਇੱਕ ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੋਈ, ਜਿਸ ਦੇ ਵਿੱਚ ਸਾਰੇ ਗੰਭੀਰ ਜ਼ਖਮੀ ਹੋ ਗਏ ਔਰ ਉਹਨਾਂ ਦੇ ਪਤੀ ਤੇ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਇਸ ਮੌਕੇ ਸੜਕ ਸੁਰੱਖਿਆ ਫੋਰਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਦੋ ਮਾਸੂਮ ਬੱਚੇ ਤੇ ਉਹਨਾਂ ਦੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਫੱਤੂ ਢਿੰਗਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਤਾਂ ਇੱਕ ਭਿਆਨਕ ਸੜਕੀ ਹਾਦਸਾ, ਐਕਟਿਵਾ ਤੇ ਸਵਾਰ ਪਤੀ ਪਤਨੀ ਤੇ ਉਹਨਾਂ ਦੇ ਦੋ ਮਾਸੂਮ ਬੱਚੇ,
ਇਹਨਾਂ ਦਾ ਭਿਆਨਕ ਸੜਕੀ ਹਾਦਸਾ ਹੋਇਆ। ਪਤਨੀ ਦੀ ਜਾਨ ਬਚ ਗਈ, ਜਦਕਿ ਉਸਦਾ ਪਤੀ ਤੇ ਦੋ ਮਾਸੂਮ ਬੱਚੇ, ਇੱਕ ਲੜਕਾ ਤੇ ਇੱਕ ਲੜਕੀ, ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਿਕਅਪ ਨੇ ਸਾਹਮਣੇ ਤੋਂ ਲਿਆ ਕੇ ਜ਼ੋਰਦਾਰ ਟੱਕਰ ਮਾਰੀ। ਫਿਲਹਾਲ ਪੀੜਤ ਪਤਨੀ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੂਜੇ ਬੰਨੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਤਫਤੀਸ਼ ਕੀਤੀ ਜਾ ਰਹੀ ਹੈ। ਸਰ ਐਕਸੀਡੈਂਟ ਹੋਇਆ ਸੀ ਕਪੂਰਥਲੇ ਤੋਂ ਜਾ ਰਹੇ ਸੀ ਸਕੂਟੀ ਤੇ ਪੱਤੂ ਟਿੰਗੇ ਨੂੰ। ਅੱਛਾ ਜੀ। ਤੇ ਨਾਲ ਦੋ ਬੱਚੇ ਤੇ ਇੱਕ ਆਪ ਸੀ ਤੇ ਇੱਕ ਇਹਨਾਂ ਦੇ ਹਸਬੈਂਡ ਸੀਗੇ ਨਾਲ। ਅੱਛਾ ਜੀ। ਤੇ ਉਹ ਜਾਂਦੇ ਹੋਏ ਸਾਹਮਣੇ ਪਿੱਕਾ ਆ ਰਿਹਾ ਸੀ ਜੀ ਕੋਈ। ਅੱਛਾ ਜੀ। 5858 ਨੰਬਰ ਦੱਸ ਰਿਹਾ ਜੀ ਉਹਦਾ। ਤੇ ਉਹ ਆਪਸ 'ਚ ਇਹਨਾਂ ਦੀ ਟੱਕਰ ਹੋਈ ਜੀ। ਤੇ ਦੋ ਤਾਂ ਅਸੀਂ ਦੋਵਾਂ ਨੂੰ ਤਾਂ ਬੱਚਿਆਂ ਨੂੰ ਤਾਂ ਅਸੀਂ ਲੈ ਕੇ ਆ ਗਏ ਅਤੇ ਪਿੱਛੇ ਐਂਬੂਲੈਂਸ ਉਹਨਾਂ ਦੇ ਹਸਬੈਂਡ ਨੂੰ ਲੈ ਕੇ ਆ ਰਹੀ ਹੈ ਜੀ। ਅੱਛਾ ਜੀ। ਉਹ ਹਸਬੈਂਡ ਕਿੱਦਾਂ ਠੀਕ ਹੈਗੇ ਕਿੱਦਾਂ? ਸਰ ਉਹ ਪਤਾ ਨਹੀਂ ਜੀ, ਹੁਣ ਅਸੀਂ ਦੋ ਆਏ ਸੀ, ਦੋਵਾਂ ਨੂੰ ਲੈ ਜੀ। ਦੋ ਸੀਰੀਅਸ ਹੈ ਜੀ ਉਹ ਵੀ।